ਸਵਾਰੀਆਂ ਨੂੰ ਆਟੋ ਵਿੱਚ ਬਿਠਾ ਕੇ ਸੁਨਸਾਨ ਜਗ੍ਹਾ ਤੇ ਲਿਜਾ ਕੇ ਮੋਬਾਈਲ ਖੋਣ ਵਾਲੇ ਤਿੰਨ ਮੈਂਬਰਾਂ ਨੂੰ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਸਰਵਣ ਕੁਮਾਰ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਿੱਤੀ, ਉਸਦਾ ਮੋਬਾਈਲ ਆਟੋ ਸਵਾਰ ਤਿੰਨ ਵਿਅਕਤੀਆਂ ਵੱਲੋਂ ਖੋਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਗ੍ਰੀਨਲੈਂਡ ਸਕੂਲ ਕੋਲ ਨਾਕਾਬੰਦੀ ਕਰਕੇ ਇਹਨਾਂ ਤਿੰਨਾਂ ਆਰੋਪੀਆਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਪਾਸੋਂ 10 ਮੋਬਾਈਲ ਫੋਨ ਬਰਾਮਦ ਕੀਤੇ ਗਏ। ਉਹਨਾਂ ਕਿਹਾ ਕਿ ਆਰੋਪੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਕੂਲ ਦੇ ਰਾਜ ਸਦੱਸਿਆਂ ਦੀ ਮੌਜੂਦ ਸੀ ਕਿ ਇਹਦੇ ਪਾਸ ਸਰਵਣ ਕੁਮਾਰ ਵਾਸੀ ਈਡੋਜੀਐਸ ਕਲੋਨੀ ਨੇ ਬਿਆਨ ਕੀਤਾ ਕਿ ਮੈਂ ਫ੍ਰੀ ਦੇ ਵਿੱਚ ਬੈਠਾ ਸੀ ਸਮਰਾਲਾ ਚੌਂਕ ਤੋਂ, ਰਸਤੇ ਵਿੱਚ ਮੇਰਾ ਮੀਟਿੰਗ ਨੰਬਰ 7 ਦੇ ਜੀ ਵਿੱਚ ਥ੍ਰੀ ਵੀਲਰ ਚਾਲਕ ਦੇ ਨਾਲ ਦੋ ਸਾਥੀ ਹੋਰ ਸੀ, ਮੇਰਾ ਉਹਨਾਂ ਨੇ ਰੈਡਮੀ ਦਾ ਜਿਹੜਾ ਮੋਬਾਈਲ ਉਹ ਲਿਆ, ਜਿਹਨਾਂ ਨੂੰ ਮੈਂ ਸਾਹਮਣੇ ਆਉਣ ਕੇ ਸ਼ਨਾਖਤ ਕਰ ਸਕਦਾ, ਜਿਹਤੇ ਜੀ ਇਸ ਸਮੱਸਿਆ ਨੇ ਮੁਕਦਮਾ ਦਰਜ ਕੀਤਾ। ਅੱਜ ਸਵੇਰੇ ਮੁਕਬਰ ਦੀ ਸਲਾਹ ਨਾਕਾਬੰਦੀ ਕੀਤੀ ਅਤੇ ਜਿਹਦੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਦਾ ਜਿਹੜਾ ਖੋਇਆ ਹੋਇਆ ਮੋਬਾਈਲ ਸੀਗਾ ਇਹਦਾ ਰੈਡਮੀ ਦਾ ਉਹ ਵੀ ਬਰਾਮਦ ਕਰ ਲਿਆ ਅਤੇ ਜਿਹਦੇ ਨਾਲ ਹੋਰ 9 ਮੋਬਾਈਲ ਇਹਨਾਂ ਕੋਲ ਹੋਰ ਬਰਾਮਦ ਹੋਏ, ਜਿਹਨਾਂ ਨੂੰ ਮੁਕੱਦਮੇ ਦੀ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਅਗਲੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹਨਾਂ ਦੇ ਪਹਿਲਾਂ ਹੀ ਮੁਕੱਦਮਾ ਇੱਕ ਮੁਕੱਦਮਾ ਦਰਜ ਹੈ। ਨਸ਼ੇ ਵਗੈਰਾ, ਨਸ਼ਾ ਵਗੈਰਾ, ਗੋਲੀਆਂ ਵਗੈਰਾ ਦਾ ਨਸ਼ਾ ਕਰਦੇ ਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।